ਜਾਂ ਉਹ ਚਲਿਆ ਜਾਂਦਾ ਸੀ ਤਾਂ ਉਸਨੇ ਇੱਕ ਮਨੁੱਖ ਵੇਖਿਆ ਜਿਹੜਾ ਜਮਾਂਦਰੂ ਅੰਨਾ ਸੀ। ਸਵਾਮੀ ਜੀ, ਇਹ ਕਿਹਨੇ ਪਾਪ ਕੀਤਾ ਜੋ ਇਹ ਅੰਨਾ ਜੰਮਿਆ, ਇਸਨੇ ਜਾਂ ਇਸਦੇ ਮਾਪਿਆਂ ਨੇ? ਨਾ ਤਾਂ ਇਸ ਨੇ ਪਾਪ ਕੀਤਾ ਨਾ ਇਸਦੇ ਮਾਪਿਆਂ ਨੇ, ਪਰ ਇਹ ਇਸ ਲਈ ਹੋਇਆ ਜੋ ਪਰਮੇਸ਼ਵਰ ਦੇ ਕੰਮ ਇਸ ਵਿੱਚ ਪ੍ਰਗਟ ਕੀਤੇ ਜਾਣ। ਸਾਨੂੰ ਚਾਹੀਦਾ ਕਿ ਦਿਨ ਹੁੰਦੇ ਹੁੰਦੇ ਉਹਦੇ ਕੰਮ ਕਰੀਏ ਜਿਨ ਮੈਨੂੰ ਘੱਲਿਆ। ਰਾਤ ਚਲੀ ਆਉਂਦੀ ਹੈ ਜਦੋਂ ਕੋਈ ਕੰਮ ਨਹੀਂ ਕਰ ਸਕਦਾ, ਜਦ ਤੱਕ ਮੈਂ ਜਗਤ ਵਿੱਚ ਹਾਂ ਮੈਂ ਜਗਤ ਦਾ ਚਾਨਣ ਹਾਂ। ਉਹ ਇਹ ਗੱਲਾਂ ਕਹਿ ਕੇ ਧਰਤੀ ਉੱਤੇ ਝੁਕਿਆ ਅਤੇ ਥੁੱਕ ਨਾਲ ਮਿੱਟੀ ਗੋਈ। ਪਰ ਉਹ ਮਿੱਟੀ ਉਹਦੀਆਂ ਅੱਖੀਆਂ ਉੱਤੇ ਮਲੀ। ਜਾ ਸਿਲਵਾਮ ਦੇ ਕੁੰਡ ਵਿੱਚ ਜਿਹਦਾ ਅਰਥ ਹੈ ਭੇਜਿਆ ਹੋਇਆ, ਤੋ ਸੁੱਟ। ਜਿਹਦਾ ਅਰਥ ਹੈ ਭੇਜਿਆ ਹੋਇਆ। ਤੋ ਉਹਨੇ ਜਾ ਕੇ ਧੋਤੀਆਂ ਅਤੇ ਸੁਜਾਖਾ ਹੋ ਕੇ ਚੱਲਿਆ ਆਇਆ। ਇਸ ਲਈ ਗਵਾਂਢੀਆਂ ਨੇ ਅਤੇ ਜਿਨ੍ਹਾਂ ਅੱਗੇ ਉਹਨੂੰ ਵੇਖਿਆ ਸੀ ਜੋ ਉਹ ਮੰਗਦਾ ਹੈ, ਕਿਹਾ ਕਿ ਇਹ ਉਹ ਨਹੀਂ ਜਿਹੜਾ ਬੈਠਾ ਭੀਖ ਮੰਗਦਾ ਹੁੰਦਾ ਸੀ। ਇਹ ਉਹ ਹੈ? ਨਹੀਂ, ਪਰ ਉਹ ਸਵਰਗ ਹੈ। ਮੈਂ ਉਹ ਹਾਂ। ਫਿਰ ਤੇਰੀਆਂ ਅੱਖਾਂ ਕਿਸ ਤਰ੍ਹਾਂ ਖੁੱਲ ਗਈਆਂ? ਉਸ ਮਨੁੱਖ ਨੇ ਜਿਹਦਾ ਨਾਂ ਯਿਸੂ ਹੈ ਮਿੱਟੀ ਗੋ ਕੇ ਮੇਰੀਆਂ ਅੱਖਾਂ ਉੱਤੇ ਮੱਲੀ ਔਰ ਮੈਨੂੰ ਆਖਿਆ ਸਿਲਵਾਮ ਵਿੱਚ ਜਾ ਕੇ ਉਹ ਧੋ ਸੁੱਟ। ਸੋ ਮੈਂ ਜਾ ਕੇ ਧੋ ਸੁੱਟਿਆ ਅਤੇ ਸੁਜਾਖਾ ਹੋ ਗਿਆ। ਉਹ ਕੌਣ ਹੈ? ਮੈਂ ਨਹੀਂ ਜਾਣਦਾ,